मैं देखो एडा लम्मा बुलारा तो है नहीं किसानी बारे जो तीन बिल पास किए ने उहदे विच मैं थोड़ा जिहा विस्तार नाल दस दिंदा। उहदे विच सर मैं तो पंजाबी दे विच स्पष्ट ही दस दिंदा कि उन्होंने तुहाडियां जमीनां आ के रिलीज ते लैणियां ने 20 साल वास्ते 30 साल वास्ते चाहे 99 साल वास्ते लगा लैण। जे कोई तुहानूं 50 हज़ार 60 हज़ार रुपया एक साल का ठेका दिंदा है इन्हां तो तुहानूं कहणा 1 लाख चुको 1.5 लाख चुको 30 साल वास्ते साडा समझौता करके लिख दो। इन्हां ने लै के 30 साल वास्ते रिलीज ते लै लैणी है। उस तो बाद इन्होंने खेती तुसी आप नहीं फिर कर सकते, खेती करोगे तुसी इन्होंने नौकर बन के। इन्होंने तो दसना भी आह फसल बीजनी है, आह नसल बीजनी है, उही मंडी च बिकूगी। साल 6 महीने साल 2 साल तुहाड़ी फसल लेंदे रहेंगे। जिन्ने गोदाम ने सरकारी गोदाम ने इन्हां दा तकरीबन 87 रुपए प्रति क्विंटल खर्चा पैंदा रखण दा। उह सरकारां ने समझौता कर लैणा इन्हां नाल, उहनूं देणगे देणगे। बाकी अपने कोल इन्हां कोल प्रॉपर्टी बथेरी अपने भी बना लैणगे। इन्हां ने सारा समान लै के स्टोर कर लिया करना, फिर वेचना इन्हां ने अपनी मर्जी नाल। ये भावें जी 1000 वाली चीज़ 12 हज़ार नूं बेचण, 6 हज़ार नूं बेचण, इन्हां दी मर्जी होगी। दूजी गल इहदे विच इन्हां ने जमीन ठेके ते लै ली, साल 2 साल तो बाद ये तुहाडी जमीन वास्ते तुहानूं कहणगे भी मेरे कोल तां ठेका बणदा नहीं, क्यों इन्हां ने आप तो बैठना देने अपने मैनेजर बना देने बिठा देने दफ्तरां च कि तुहाडी जमीन दे विच कुछ होंदा नहीं, सानू आमदन घाटा, सानू बारा नहीं खाँदी, असीं तुहानूं पैसे नहीं दे सकते। उहदे विच इह भी कानून च लिखिया इन्हां ने कि तुसीं कोर्ट नहीं जा सकते, तुसीं वध तों वध SDM तक जा सकते हो, DC तक। SDM ते DC ਕਿਨਾਂ ਦੇ ਹੋਣਗੇ? ਉਹ ਇਹਨਾਂ ਦੇ ਹੀ ਹੋਣਗੇ। ਕਲੀਅਰ ਹੋ ਗਿਆ। ਤੀਜੀ ਗੱਲ ਇੱਕ ਹੋਰ ਹੈ ਇਹਦੇ ਵਿੱਚ, ਸਾਰੇ ਜ਼ਿਮੀਂਦਾਰ ਵੀਰਾਂ ਨੂੰ ਹੀ ਪਤਾ ਹੈ ਜਾਂ ਕੋਈ ਬੁੱਧੀਜੀਵੀ ਲੋਕ ਨੇ, ਉਹਨਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਇਹ ਤੁਹਾਡੀ ਜ਼ਮੀਨ 30 ਸਾਲ ਜਾਂ 40 ਸਾਲ ਵਾਸਤੇ ਰਿਲੀਜ਼ 'ਤੇ ਲੈ ਕੇ ਵੀਰੋ ਇਹਨਾਂ ਨੇ ਤੁਹਾਡੀ ਜ਼ਮੀਨ ਦੇ ਉੱਤੇ ਬਹੁਤ ਵੱਡੇ ਵੱਡੇ ਕਰਜ਼ੇ ਮੁਹੱਈਆ ਕਰਵਾ ਲੈਣੇ ਨੇ। ਕਰਜ਼ੇ ਲੈ ਕੇ ਇਹਨਾਂ ਨੇ ਬਾਹਰ ਕੋਈ ਨਵੀਂ ਏਜੰਸੀ ਕੋਈ ਨਵੇਂ ਕੰਮ ਖੋਲ੍ਹ ਲੈਣੇ ਨੇ। ਤੁਹਾਡੀ ਜ਼ਮੀਨ ਇਹਨਾਂ ਦੇ ਕੋਲ ਹੀ ਹੈ, 30 ਸਾਲ ਬਾਅਦ ਤੁਸੀਂ ਨਹੀਂ ਉਹਨੂੰ ਵਰਤ ਸਕਦੇ। ਅਤੇ ਜਿਸ ਦਿਨ ਉਹਦਾ ਕਰਜ਼ਾ ਇਹਨਾਂ ਨੇ ਭਰਨਾ ਨਹੀਂ, ਕਰਜ਼ਾ ਕਿਹਨੂੰ ਭਰਨਾ ਪਊ? ਕੋਈ ਜ਼ਮੀਨ ਤਾਂ ਤੁਹਾਡੇ ਨਾਮ ਹੋ ਰਹੀ ਹੈ, ਉਹ ਤਾਂ ਇਹਨਾਂ ਨੇ ਰੀਜ 'ਤੇ ਲਈ ਹੈ, ਉਹ ਤੁਹਾਨੂੰ ਭਰਨਾ ਪੈਣਾ ਭਰਾਵੋ। ਸੋਚ ਲਓ, ਜੇ ਤੁਸੀਂ ਅੱਜ ਇਹ ਚੀਜ਼ ਨੂੰ ਸਮਝਦੇ ਹੋ ਤਾਂ ਮੇਰੇ ਹਿਸਾਬ ਨਾਲ ਮੇਰੀ ਬੇਨਤੀ ਹੈ ਵੀ ਪਿੰਡਾਂ ਦੇ ਵਿੱਚ ਵੱਡੇ ਤੋਂ ਲੈ ਕੇ ਛੋਟਾ ਜ਼ਿਮੀਂਦਾਰ, ਚਾਹੇ ਕਿਸੇ ਕੋਲ 1 ਮਰਲਾ ਜ਼ਮੀਨ ਹੈ, ਪਿੰਡਾਂ ਵਿੱਚ ਰਹਿਣ ਵਾਲੇ ਮਜ਼ਦੂਰ, ਕੰਮ ਕਰਨ ਵਾਲੇ ਦਿਹਾੜੀਦਾਰ, ਪਿੰਡਾਂ 'ਚ ਰਹਿਣ ਵਾਲੇ ਡਾਕਟਰ, ਪਿੰਡਾਂ 'ਚ ਰਹਿਣ ਵਾਲੇ ਕਰਿਆਨੇ ਦੇ ਸੌਦੇ ਵਾਲੇ, ਭਾਜੀ ਸਬਜ਼ੀ ਵੇਚਣ ਵਾਲੇ, ਜੱਕੂ ਰੇਹੜੀਆਂ ਵਾਲੇ, ਚਾਹੇ ਕੋਈ ਕੁਲਫੀਆਂ ਵੀ ਵੇਚਦਾ, ਇੱਥੇ ਯੋਗਦਾਨ ਸਾਰਿਆਂ ਦਾ ਹੋਣਾ ਚਾਹੀਦਾ ਹੈ। ਕਿਉਂਕਿ ਜ਼ਿਮੀਂਦਾਰੇ ਨਾਲ ਖੇਤੀ ਨਾਲ ਅਸੀਂ ਤਾਂ ਇਹ ਸਮਝਦੇ ਵੀ ਸਾਡਾ ਜਿਹੜਾ ਰਿਸ਼ਤਾ ਹੈਗਾ 9 ਮਾਸ ਦਾ, ਕਿਉਂਕਿ 9 ਹੁਣ ਕਿਤੇ ਮਾਸ ਨਾਲ ਵੱਖਰਾ ਨਹੀਂ ਕੀਤਾ ਜਾ ਸਕਦਾ। ਅਸੀਂ ਅੱਜ ਇਸ ਧਰਨੇ 'ਤੇ ਹਮਾਇਤ ਕਰਨ ਵਾਸਤੇ ਨਹੀਂ ਆਏ, ਅਸੀਂ ਤਾਂ ਇਹਨਾਂ ਦੀ ਹੋਂਦ ਆ, ਅਸਾਂ ਇਹਨਾਂ ਦੇ ਜੰਪਲ, ਇਹਨਾਂ ਦੇ ਜਾੜਾਂ ਸੀ, ਅਸੀਂ ਇਹਨਾਂ ਦੇ ਵਿੱਚ ਹਾਂ, ਅੰਦਰ ਹਾਂ, ਇਹਨਾਂ ਦੇ ਇਹ ਸਾਡੇ ਅੰਦਰ ਨੇ, ਸਾਡੇ ਇਹਨਾਂ ਨਾਲ ਸਾਡਾ ਇਹਨਾਂ ਨਾਲ ਰਿਸ਼ਤਾ ਹੀ ਹੋਇਆ ਹੈ। ਸਾਡੀ ਤਾਂ ਇਸ ਤਰ੍ਹਾਂ ਦੀ ਹਮਾਇਤ ਹੈ ਵੀ ਇਹ ਦਿਨ ਸਾਨੂੰ ਦਿਨੇ ਬੁਲਾਉਣ, ਰਾਤ ਨੂੰ ਬੁਲਾਉਣ, ਕਿਤੇ ਧਰਨਾ ਦੇਣਾ, ਕਿਤੇ ਮੁਜ਼ਾਹਰਾ ਕਰਨਾ, ਕਿਤੇ ਡਾਂਗਾ ਖਾ ਕੇ ਆਉਣੇ ਨੇ, ਕਿਤੇ ਪਾਣੀ ਦੀਆਂ ਵਿਛਾਰਾਂ ਹੋਣਗੀਆਂ, ਕਿਤੇ ਅਥਰੂ ਗੈਸ ਦੇ ਕੋਲ ਛੱਡਣਗੇ। ਅਸੀਂ ਉਹ ਵੀ ਸਾਰੇ ਖਾਧੇ ਹੋਏ ਨੇ, ਅਸੀਂ ਹੁਣ ਵੀ ਤਿਆਰ ਖੜ੍ਹੇ ਹਾਂ, ਅਸੀਂ ਕਿਸੇ ਸਰਕਾਰਾਂ ਕੋਲ ਨਹੀਂ ਡਰਦੇ। ਸਾਡੀ ਜਿਹੜੀ ਸੰਸਥਾ ਹੈਗੀ ਹੈ, ਆਹ ਸੰਸਥਾ ਜਿੱਥੇ ਜਿਹੜੀ ਸਟੇਜ 'ਤੇ ਅਸੀਂ ਬੋਲ ਰਹੇ ਹਾਂ, ਔਰ ਸਾਡੀ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਸੰਸਥਾ ਜਿਹੜੀ, ਇਹ ਨਿਰਪੱਖ ਹੈ, ਸਾਰੀ ਪਾਰਟੀਆਂ ਤੋਂ ਰਹਿਤ ਹੈ। ਕਿਸੇ ਪਾਰਟੀ ਨਾਲ ਸੰਬੰਧਿਤ ਬੰਦਾ ਸਾਡੀ ਸਟੇਜ ਤੋਂ ਨਹੀਂ ਬੋਲ ਸਕਦਾ, ਨਾ ਹੀ ਅਸੀਂ ਕਿਸੇ ਉਹੋ ਜਿਹੀ ਸਟੇਜ 'ਤੇ ਬੋਲਦੇ ਹਾਂ, ਜਾ ਕੇ ਕਿਸੇ ਆਗੂ ਦੀ ਸਟੇਜ 'ਤੇ ਨਹੀਂ ਬੋਲਦੇ ਅਸੀਂ, ਕਿਉਂਕਿ ਸਾਡੀ ਆਪਣੀ ਜਥੇਬੰਦੀ ਹੈ, ਇੱਥੇ ਕਰਕੇ ਅਸੀਂ ਬੋਲ ਰਹੇ ਹਾਂ। ਹੁਣ ਮੈਂ ਜਾਂਦੇ ਜਾਂਦੇ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਸੁਣਾ ਜਾਂਦਾ। ਆਹ ਵੀਰ ਜੀ ਨੇ ਇੱਕ ਕੰਗਣਾ ਰਣੌਤ ਬਾਰੇ ਗੱਲ ਕੀਤੀ ਸੀ ਵੀ ਬੰਬੇ 'ਚ ਸਥਿਤ ਹੈ ਉਹਦੇ ਵਾਸਤੇ ਮੀਡੀਆ ਨੇ ਬਹੁਤ ਕੁਛ ਕਿਹਾ, ਉਹਨੇ ਕੀ ਕੁਛ ਕਿਹਾ,
उन्हें एक गल कही सी, उहदा एक छेजा सी मकान दा, मकान दा छेजा ना कमेटी वाले ने ढाता, उठाया उहदा एडा बवाल खड़ा होना उत्थे, कल्ले कल्ले मीडिया ने जाके जी उहदी इन्नी खबर चलाई, सिरे लाती। कुछ बंदिआं ने कहा भी यार पंजाब दे विच एडा घल्लूघर हो रहा है, वी इत्थे तुसीं सारीआं खबरां पहुँचा नहीं रहे। तां कंगन राउत ने पता की कहा, कहिंदे इह तां कहिंदी पंजाब दे अतवादी ने गाणे कट्ठे आए होए। मैं कंगना रनौत जी ने वैसे जानता तो है नहीं, मैं कदम मिले भी नहीं, ना मैं बंबे गया कदे, ना ही मैं मिलना चाहता उस बंदे। मैं कंगना रनौत जी दस देना चाहना भी साढ़े जोड़े परिवार ने, असी अमन पसंद लोग हाँ, असी अतवादी नहीं है, अतवादी उन्हें गल छेड़े एक एक बहुत बड़ी गलती की है, ये गलती उन्होंने कितना कितने भुल पुछाउनी पैनी है। अतवाद बारे मैं थोड़ा जानना पा दूँगा, अतवाद की सी? साढ़े पंजाब कोई एक बंदा अतवादी नहीं सी, किसी ने कोई अतवादी कार्रवाई नहीं की, क्योंकि मेरी 67 साल की उम्र है, मैं 67 साल के दहाका देखा जिदे 84 का दंगे, रातों लोग जल्दी कुंडे ला लेंगे, जिंदे ला लेंगे, बाहर लाइट बंद कर देंगे, बाहर चुल्हे झग नहीं बाल सकते भी कि खाड़कू ना आ जा, यह जहा माहौल छाया हुआ सी। वो कौन ले गया सी? समय समय दी सरकारां, मैं किसी इत्थे सरकार का नाँ नहीं लेना, समय दी सरकारां उन्होंने अतवादी उन्होंने बनाए, उन्होंने बनाए कि उन्होंने अपने घर च रखे, उन्होंने खाण पीण नूं खुल्लां दित्तियां, उन्होंने असले दिते, असले देण तों मगरों उन्होंने फिर अपने काम कढ़ाए। उस दौर दे विच कोई होया? उस दौर दे विच जिहड़े माड़े बंदे सी उह तां मरने ही मरने सी, उस दौर दे विच चंगे बंदिआं नूं बहुत सिक लगा, चंगे चंगे बंदे भी, चंगी चंगी नौजवानी पंजाब की है जी, अजे हूँ बाहर जा रहे हैं, कोई कहता इंग्लैंड जा रहे हैं, मैं आस्ट्रेलिया जा रहा, ये बाहर जाने का कारण है एक 1984 के दंगों के बाद लोग अपने बच्चों बाहर ला के भेजना भी साढ़े बच्चे तो सेफ रहेंगे। बाकी रहा खुद इन्होंने नशा के लाते, वो अतवादियों ने देखा भी जो हूँ साढ़ा हमला फैला हो गया, आम जो लोग डरन लग गए, फिर वो पुलिस नाक की परवाह ना कराया कर, फिर उन्होंने बड़े बड़े लीडरों को मारना शुरू करता, जो पावर पावर पैसा हथियार उनके हाथ से आ गया, बड़े बड़े लीडरों को मारना शुरू करता। मैं इतने किसी का नाम नहीं लेना भी किन्ने लीडर मरे ने, तुहानू सारी संगत को पता ही है किड्डे किड्डे लीडर, चाहे किसी पार्टी नाल संबंधित सी, लीडर का मर जाना माड़ी गल हुंदा, चंगी गल नहीं, पर मैं किसी पार्टी नाल संबंध रखता, वो किड्डे किड्डे लीडर मारे, जो उन्होंने लीडर मारते उन्होंने फिर पुलिस वाले भी कंडे कटे, क्यों जिहड़े पुलिस वाले उन्होंने तंग परेशान कर रहा सी उन्होंने भी कंडे कटे। फिर जो सरकार नूं पता लग गया भी तां सानूं ही आप इहदा सांडे कंडे लग गए कढ़ना, उन्होंने फिर चुगिया भी सरकारां नहीं उन्होंने सफाया किया, हुण कित्थे गया हुण अतवाद। मैं कंगना राउत दे बयान ते उहदी विरोधी करदा ते मेरा सारे संगत दे विच हत्थ बन के बेनती है भी असीं उह अतवाद दा दौर बड़ी बुरी तरह नाल हंडाया, असी वह दौर देखना नहीं चाहते, असी अमन शांति नाल जो साड़ी स्टेज सानू सदा देगी उहदे आधार ते ही असी काम करांगे, उहदे आधार ते ही असी जावांगे, असी जबरदस्ती नहीं करते किसी नाल, जे जबरदस्ती करनी पई तां कोई समा आऊगा तां सानू स्टेटां दसणगियां, समां दसूगा, असी उह जी यादते नहीं करना चाहते। तो मैं थोनू हुण छोटा जिहा चुटकला सुना के बंद करदा, प्रभो तुसी हैगे हो जिमीदार, तुसी भाव है कह लो जट हो, मैं कहना मैं भी जट हाँ, मैं पुराने जमाने की गल कर रहा कि लाला भीर इत कोई बैठा हो मेरे गुस्से भी ना हो जाए कि थले उतरे सारे मैं ला लेने भी आया इधर आया। पुराने समय के होंदा सी शाहूकार ही मतलब मंडी चो खरीद कराया करते, मंडी चो घरों चो लिया करते, किसी जिमीदार 500 रुपये की लड़ पै गई गरीब नूं, 5 रुपये सेंट दे ब्याज दिता, कहते भी 6 महीना मरो मैं तेरे 500 मोड़ दूँ, लिखा करा के अंगूठा लवा लिया, अंगूठा लवा के भरावो 6 महीने लंघ गए, उन्हें तो 1-0 ला के होर लड़े लिखते होंगे सी, 1-0 होर ला के 5000 बनाता, उन्हें भी लाला सरदार जिमीदार कहना भी पैसे लै जा तू तो ब्याज अगली बार दे देंगे, कहना लिया फड़ा उन्हें 500 रुपया देता, कहना 5000 है 500 नहीं, कहना लाला लैके तो मैं तेरे को 500 रुपये गया, कहना फिर
ਬਾਕੀ ਕਿਤੋਂ ਦੇਵੇਗਾ। ਉਹਨੇ ਫੜ ਕੇ ਉਹ ਵੀ ਖੋਲੇ, ਕਹਿੰਦਾ ਇਹ ਵੀ ਮੈਨੂੰ ਦੇ ਦੇ, ਕਹਿੰਦਾ ਫਿਰ ਇਕੱਠੀ ਦੇ ਦਾਂਗੇ। ਉਹਨੂੰ ਪਤਾ ਵੀ ਮੈਂ 5 ਰੁਪਏ ਸੈਂਕੜੇ ਦੇ ਲੈਣੇ, 500 ਰੁਪਇਆ ਲਿਆ, ਇਹ 5000 ਬਣਾ ਹੀ ਬੈਠਾ 6 ਮਹੀਨਿਆਂ ਦੇ ਅੰਦਰ ਹੀ। ਉਹ 6 ਮਹੀਨੇ ਆਇਆ ਕਰੇ ਜਾਇਆ ਕਰੇ, ਜ਼ਿਮੀਂਦਾਰ ਨੂੰ ਵੀ ਵੀਦੇ ਵੀ ਦਿਮਾਗ 'ਚ ਆ ਗਈ। ਉਹ ਇੱਕ ਪੁਰਾਣੀ ਬਜ਼ੁਰਗ ਕਹਿੰਦੇ ਹੁੰਦੇ ਸੀ, ਅਸੀਂ ਸੁਣਦੇ ਹੁੰਦੇ ਸੀ ਲੋਕਾਂ ਤੋਂ, ਕਹਿੰਦੇ ਜੱਟ ਮੱਚ ਲਾ ਖੁਦਾ ਨੂੰ ਲੈ ਕੇ ਚੋਰ, ਕਹਿੰਦੇ ਜੱਟ ਨਾ ਜੇ ਜਾਗਦਾ ਹੋਇਆ ਵੀ ਜਾਣ ਬੁੱਝ ਕੇ ਮੜ ਜੀ ਅੱਖਾਂ ਨੂੰ ਐਂ ਗੱਲ ਵੇਲੇ ਮੈਂ ਸੁੱਤਾ ਪਿਆ। ਉਹਨੂੰ ਸੁੱਤਾ ਨਾ ਜਾਣੇ, ਉਹ ਪਤਾ ਨਹੀਂ ਸ਼ੇਰ ਕਦੋਂ ਉੱਠ ਜਾਂਦਾ। ਉਹਨੇ ਉੱਠ ਕੇ ਕਹਿੰਦਾ ਲਾਲਾ ਆ ਰਿਹਾ ਮੈਂ ਕੱਲ੍ਹ ਤੇਰੇ ਪੈਸੇ ਦੇਣ। ਇੱਕ ਟੋਲੀ ਮੰਗਾਇਆ, ਮੈਂ ਜਲਦੀ ਮੰਗਾ ਦੇਣਾ, ਮੈਨੂੰ ਪਤਾ ਵੀਰ ਜੀ ਖੜੇ ਹੋ ਗਏ। ਇੱਕ ਟੋਲੀ ਮੰਗਾਇਆ, ਟੋਲੀ ਕਹਿੰਦਾ ਕਿੰਨੇ ਪੈਸੇ ਲੈ, ਕਹਿੰਦਾ 10 ਰੁਪਏ, ਕਹਿੰਦਾ 100 ਦਊਂਗਾ। ਟੋਲੀ ਕਹਿੰਦਾ ਢੋਲ ਵਜਾਈ ਚੱਲ, ਢੋਲ ਲੈ ਕੇ ਇੱਕ ਛਮਾਈ ਡਾਂ ਚੱਕ ਲਈ, ਸ਼ਾਹੂਕਾਰ ਦੇ ਬਾਰ ਦੇ ਮੂਹਰੇ ਪਹੁੰਚ ਗਿਆ। ਢੋਲ ਕਹਿੰਦਾ 2 ਘੰਟੇ ਢੋਲ ਵਜਾਉਣਾ, ਜਦ ਤੱਕ ਮੈਂ ਬਾਹਰ ਨਿਕਲਣਾ ਢੋਲ ਵਜਾਉਣਾ ਹਟੀ। ਉਹ ਢੋਲ ਵਜਾ ਗਿਆ, ਉਹਦਾ ਦਵਾ ਦਾ ਉਹਨਾਂ ਨੇ ਕਿਹਾ ਕਿਤੇ ਕਿਸੇ ਦਾ ਮੁੰਡੇ 'ਤੇ ਬਰਾਤ ਚੜ ਰਹੀ ਹੈ। ਉਹਨੇ ਬੱਚਿਆਂ ਨੇ ਜਵਾਕ ਕੁੰਡਾ ਖੋਲ੍ਹਤਾ, ਕੁੰਡਾ ਖੋਲ੍ਹਿਆ ਜੀ, ਚਲਿਆ ਗਿਆ ਅੰਦਰ ਸਰਦਾਰ, ਅੰਦਰੋਂ ਲਾਲੀ ਕੁੰਡੀ ਜਾ ਕੇ ਸ਼ਮਾਲੀ ਡਾਂਗ ਸੀ ਲਾਲ ਦੇ 5-7 ਹਰੀਆਂ ਮੋਹਰਾਂ 'ਚ, 5-7 ਇੱਧਰ 5-7 ਉੱਧਰ, ਜਿਹਦਾ ਪਾ ਤਾਂ ਲੰਮਾ। ਕਹਿੰਦਾ ਬਾਪੂ, ਕਹਿੰਦਾ ਦੱਸ, ਕਹਿੰਦਾ ਮੇਰੇ ਤੋਂ ਗਲਤੀ ਹੋ ਗਈ, ਕਹਿੰਦਾ ਮੈਂ ਤੇਰਾ ਹਿਸਾਬ ਕਰਨ ਆਇਆ। ਕਹਿੰਦਾ ਲਿਆ ਫਿਰ ਬਾਈ, ਚੱਕ ਕੇ ਲਿਆਂਦੀ ਬਾਈ, ਕਹਿੰਦਾ ਮਾਰ ਕਾਟੀ, ਮਾਰਤੀ, ਕਹਿੰਦਾ ਪਾੜ ਦੇ, ਪਾੜਤੀ, ਕਹਿੰਦਾ ਸਾੜ ਦੇ, ਸਾੜਤੀ। ਅਤੇ ਆਪਣਾ ਬਾਹਰ ਆ ਗਿਆ, ਬਾਹਰ ਆ ਕੇ ਉਹਨੂੰ ਕਹਿੰਦਾ ਬਈ ਆ ਚੱਕ ਤੇਰਾ 100 ਰੁਪਈਆ, ਤੇਰੇ ਵਾਲਾ ਕੰਮ ਪੂਰਾ ਹੋ ਗਿਆ, ਜਿਉਂਦਾ ਰਹਿ। ਉਸ ਤੋਂ ਬਾਅਦ 15-20 ਦਿਨਾਂ ਬਾਅਦ ਉਹਨਾ ਲਾਲਾ ਆਪਣੀ ਦੁਕਾਨ 'ਤੇ ਬੈਠਾ, ਅਤੇ ਉਹਦਾ ਮੁੰਡਾ ਬੈਠਾ ਛੋਟਾ ਜਵਾਕ, ਕਿਤੇ ਢੋਲ ਵੱਜਦਾ ਜਾਵੇ, ਰਾਹ ਦੇ ਵੀ ਢੋਲ ਵੱਜਦਾ ਜਾ ਰਿਹਾ। ਉਹਦਾ ਮੁੰਡਾ ਕਹਿੰਦਾ, ਕਹਿੰਦਾ ਪਾਪਾ ਪਾਪਾ, ਇਹ ਕਿਸੇ ਦੇ ਘਰੇ ਮੁੰਡਾ ਹੋਇਆ ਜਾਂ ਕਿਸੇ ਦੀ ਬਰਾਤ ਚੜ ਰਹੀ ਹੈ? ਉਹ ਕਹਿੰਦਾ ਨਹੀਂ ਯਾਰ, ਕਹਿੰਦਾ ਕਾਹਨੂੰ, ਕਹਿੰਦਾ ਕਿਸੇ 'ਚ ਬਾਣੀ ਦਾ ਜੱਟ ਨਾਲ ਹਿਸਾਬ ਹੋਇਆ ਹੋਣਾ। ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।